ਹੌਟ ਟੌਪਿਕ ਸੀਗਾ ਓਲਡ ਪੈਨਸ਼ਨ ਸਕੀਮ ਦਾ ਉਹਦਾ ਨੋਟੀਫਿਕੇਸ਼ਨ ਜਾਰੀ ਕੀਤਾ ਮੈਂ ਇਸ ਦੇ ਰਿਗਾਰਡਿੰਗ ਮੈਂ ਸਰਕਾਰ ਦਾ ਧਿਆਨ ਲਿਆਉਣਾ ਚਾਹੁੰਦਾ ਕਿ ਜਿਹੜੀ ਓਪੀਐਸ ਦੀ ਹੈਗੀ ਨੋਟੀਫਿਕੇਸ਼ਨ ਤਾਂ ਜਾਰੀ ਹੋ ਗਈ ਆ ਤੇ ਅਸੀਂ ਚਾਹੁੰਦੇ ਕਿ ਸਾਡੀ ਮੰਗ ਵੀ ਹੈ ਕਿ ਜਲਦ ਤੋਂ ਜਲਦ ਜਿਹੜੀ ਸਟੈਂਡਿੰਗ ਆਪਰੇਟਿੰਗ ਪ੍ਰੋਸੀਜਰ ਇਹਨੂੰ ਜਾਰੀ ਕਰਨ ਲਈ ਲਾਗੂ ਕਰਨ ਲਈ ਉਹਨੂੰ ਲਿਆ ਜਾਵੇ ਤੇ ਜਿਹੜੀ ਅੱਜ ਦੀ ਤਰੀਕ ਜਿਹੜੀ ਐਨਪੀਐਸ ਜਿਹੜੀ ਪੈਸੇ ਕਟੌਤੀ ਹੋ ਰਹੀ ਚੱਲ ਰਹੀ ਆ ਜਿਹਦੇ ਕਰਕੇ ਤਕਰੀਬਨ ਪੰਜਾਬ ਚੋਂ ਰਫਲੀ ਤਕਰੀਬਨ 17,000 ਕਰੋੜ ਕੇਂਦਰ ਸਰਕਾਰ ਨੂੰ ਜਾ ਰਿਹਾ ਹੈਗਾ ਉਹਨੂੰ ਬੰਦ ਕਰਕੇ ਜਲਦ ਤੋਂ ਜਲਦ ਜੀਪੀਐਫ ਖਾਤੇ ਖੋਲੀ ਜਾਣ ਤਾਂ ਕਿ ਓਲਡ ਪੈਨਸ਼ਨ ਸਕੀਮ ਨੂੰ ਅਸੀਂ ਆਪਾਂ ਐਪਲੀਕੇਬਲ ਕਰ ਸਕੀਏ। ਧੰਨਵਾਦ ਸਪੀਕਰ ਸਾਹਿਬ। ਸਰ ਤੁਸੀਂ ਵੀ ਅੱਜ ਜਨਾਬ ਨੇ ਵੀ ਮੁਲਾਜ਼ਮਾਂ ਦੀ ਗੱਲ ਕੀਤੀ, ਮੈਂ ਵੀ ਸਰ 6ਵਾਂ ਜਿਹੜਾ ਤਨਖਾਹ ਕਮਿਸ਼ਨ ਸੀ ਜਿਹੜਾ ਚੰਨੀ ਸਰਕਾਰ ਜਾਂਦੀ ਜਾਂਦੀ ਬੜੀ ਕਾਹਲੀ 'ਚ ਲਾਗੂ ਕਰਕੇ ਗਈ, ਔਰ ਜਿਹੜੇ ਸਾਡੇ ਪਿਛਲੇ ਫਾਈਨੈਂਸ ਮਿਨਿਸਟਰ ਸਾਹਿਬ ਸੀ ਉਹਨਾਂ ਨੇ ਮੁਲਾਜ਼ਮਾਂ 'ਤੇ ਹਰ ਮਹੀਨੇ 200 ਰੁਪਏ ਦਾ ਜਿਹੜਾ ਕੱਟ ਲਾਇਆ ਸੀ। ਈਵਨ ਕਲਾਸ 3 ਕਲਾਸ 4 ਮੁਲਾਜ਼ਮ ਵੀ ਜਿਹੜੇ ਆ ਹਰ ਮਹੀਨੇ ਆਪਣੀ ਤਨਖਾਹ 'ਚੋਂ 200 ਰੁਪਏ ਕਟਾਉਂਦੇ, ਇੱਥੋਂ ਤੱਕ ਕਿ ਜਿਹੜੇ ਪੀਏ ਜਿਹੜੇ ਸਾਡੇ ਜਿਹੜੇ 10-10 ਹਜ਼ਾਰ ਰੁਪਇਆ ਸਿਰਫ ਤਨਖਾਹ ਲੈਂਦੇ ਆ ਉਹਨਾਂ ਦਾ ਵੀ 200 ਰੁਪਏ ਕੱਟਿਆ ਜਾਂਦਾ। ਔਰ ਇਸੇ ਤਰ੍ਹਾਂ ਜਿਹੜਾ 13,759 ਕਰੋੜ ਰੁਪਈਆ ਜਿਹੜਾ 6ਵੇਂ ਪੇ ਕਮਿਸ਼ਨ ਦਾ ਬਕਾਇਆ ਰਹਿੰਦਾ ਮੁਲਾਜ਼ਮਾਂ ਦਾ, ਉਹ ਕਹਿੰਦਾ ਮਤਲਬ ਸਰਕਾਰ ਨੂੰ ਇੰਤਜ਼ਾਮ ਕਰਨਾ ਚਾਹੀਦਾ, ਜਲਦੀ ਤੋਂ ਜਲਦੀ ਦੇਣਾ ਚਾਹੀਦਾ ਤਾਂ ਕਿ ਮੁਲਾਜ਼ਮ ਜਿਹੜਾ ਆ ਉਹ ਇਹ 6ਵੇਂ ਜਿਹੜੇ ਪੇ ਕਮਿਸ਼ਨ ਦਾ ਆਨੰਦ ਮਾਣ ਸਕੇ। ਔਰ ਪੈਨਸ਼ਨਰ ਜਿਨ੍ਹਾਂ ਨੂੰ ਸਿਰਫ 15% ਜਿਹੜਾ DA ਦਾ ਐਸਟੀਮੇਟ ਉਹਨਾਂ ਦਾ ਜਿਹੜਾ ਗੁਣਾਂਕ 2.59 ਸੀ ਉਹ ਉਹਨਾਂ ਨੂੰ ਦਿੱਤਾ ਨਹੀਂ ਜਾਂਦਾ। ਇਸੇ ਤਰ੍ਹਾਂ ਸਰ 2011 ਦੇ ਵਿੱਚ ਮੁਲਾਜ਼ਮਾਂ ਨੂੰ ਇੱਕ ਸਪੈਸ਼ਲ ਪੇ ਰੀਡਿਵੀਜ਼ਨ ਹੋਈ ਸੀ ਜਿਹਦੇ ਵਿੱਚ 1,000 ਰੁਪਏ ਦਿੱਤਾ ਜਾਂਦਾ ਉਹਨਾਂ ਨੂੰ ਉਹਨਾਂ ਦਾ ਵਰਕਲੋਡ ਦੇਖ ਕੇ, ਔਰ ਉਹਨਾਂ ਨੂੰ ਜਿਹੜਾ ਉਹ ਗੁਣਾਂਕ ਬਣਦਾ ਸੀ 2.59 ਬਣਦਾ ਸੀ ਉਹ ਵੀ ਸਿਰਫ 2.25 ਦਿੱਤਾ। ਮੈਂ ਸਮਝਦਾ ਕਿ ਕਿਉਂ ਹੁਣ ਸਰਕਾਰ, ਕਿਉਂਕਿ ਚੀਮਾ ਸਾਹਿਬ ਪਿਛਲੀ ਵਾਰੀ ਵੀ ਬਹੁਤ ਇਸ ਗੱਲ 'ਤੇ ਇਹਨਾਂ ਨੇ ਧਰਨੇ ਵੀ ਲਾਏ, ਲੀਡਰ ਆਫ ਓਪੋਜੀਸ਼ਨ ਦੇ ਤੌਰ 'ਤੇ ਇਹਨਾਂ ਨੇ ਬੜਾ ਆਵਾਜ਼ ਉਠਾਈ। ਅੱਜ ਇਹਨਾਂ ਕੋਲ ਮਹਿਕਮਾ ਆ, ਇਹ ਜਿਹੜੇ 6ਵੇਂ ਪੇ ਕਮਿਸ਼ਨ ਦੀਆਂ ਜਿੰਨੀਆਂ ਵੀ ਤਰੁੱਟੀਆਂ ਆ ਉਹਨਾਂ ਨੂੰ ਜਲਦੀ ਲਾਗੂ ਕੀਤਾ ਜਾਵੇ।